ਪੁਰਾਣੇ ਵੇਲੇ ਜਿਹੜੀਆਂ ਗੁਰਸਿੱਖ ਬੀਬੀਆਂ ਸਨ ਉਹਨਾਂ ਚ ਸ਼ਰਧਾ ਤੇ ਪਿਆਰ ਬੜਾ ਸੀ ਗੁਰੂ ਘਰ ਤੇ ਮੁਗਲ ਹਾਕਮਾਂ ਨੇ ਬੀਬੀਆਂ ਨੂੰ 20-20 ਕਿਲੋ ਨਾ ਦਾਣੇ ਦਿੱਤੇ ਪੀਣ ਵਾਸਤੇ ਉਹਨਾਂ ਨੇ ਦੱਸਿਆ ਵੀ ਜਿਹੜਾ 16 ਕਿਲੋ ਹੈ ਨਾ ਉਹ ਹੁੰਦਾ ਕੱਚਾ ਮਣ ਤੇ 40 ਕਿਲੋ ਹੁੰਦਾ ਪੱਕਾ ਮਣ ਤੇ ਉਹਨਾਂ ਨੂੰ ਸਹੀ ਚੱਕੀਆਂ ਪੀਸੋ ਤੁਸੀਂ ਜੇਲ ਚ ਬਹਿ ਕੇ ਤੇ ਗੋਦ ਚੋਣ ਦੇ ਬੱਚਾ ਤੇ ਚਾਰ ਚਾਰ ਬੀਬੀਆਂ ਨੂੰ ਇੱਕ ਚੱਪਾ ਰੋਟੀ ਦੇਣੀ ਯਾਨੀ ਇੱਕ ਰੋਟੀ ਦੇਣੀ ਚਾਰੇ ਵੰਡ ਕੇ ਖਾ ਲੈ 1/4 ਉਹਨਾਂ ਚ ਕਈ ਬੀਬੀਆਂ ਨੌਜਵਾਨ ਵੀ ਸਨ ਛੋਟੇ ਬੱਚੇ ਵਾਲੀਆਂ ਬਜ਼ੁਰਗ ਬੀਬੀ ਨੇ ਕਹਿਣਾ ਕੁੜੀ ਇਹ ਤੂੰ ਜਵਾਨ ਏ ਤੇਰੀ ਗੋਦੀ ਚ ਬੱਚਾ ਏ ਇਹਨੇ ਦੁੱਧ ਵੀ ਪੀਣਾ ਤੇ ਚੱਪਾ ਰੋਟੀ ਤੂੰ ਖਾ ਲੈ ਵੱਧ ਖਾ ਲਾ ਤੂੰ ਉਹ ਕਹਿੰਦੇ ਨੀ ਮਾਂ ਜੀ ਨਹੀਂ ਤੁਸੀਂ ਬਜ਼ੁਰਗ ਹੋ ਤੁਹਾਨੂੰ ਤਾਕਤ ਦੀ ਜ਼ਿਆਦਾ ਲੋੜ ਤੁਸੀਂ ਖਾ ਲਓ ਤੇ ਕਈ ਵਾਰੀ ਮੁਗਲ ਹਾਕਮਾਂ ਨੇ ਬੱਚਿਆਂ ਦੇ ਟੋਟੇ ਕਰਕੇ ਉਹਨਾਂ ਦੇ ਗਲਾਂ ਚ ਪਾ ਦੇਣੇ ਉਹ ਫਿਰ ਵੀ ਨੀ ਡੋਲੀਆਂ ਮੁਗਲ ਹਾਕਮਾਂ ਨੇ ਇੱਥੋਂ ਤੱਕ ਕਿਹਾ ਤੁਹਾਡੇ ਪਤੀ ਸੰਸਾਰ ਤੋਂ ਜਾ ਚੁੱਕੇ ਨੇ ਤੁਹਾਡਾ ਅੱਗਾ ਪਿੱਛਾ ਕੋਈ ਹੈ ਨਹੀਂ ਤੁਸੀਂ ਮੁਸਲਮਾਨੀਆਂ ਬਣ ਜਾਓ ਤਾਂ ਉਹਨਾਂ ਨੇ ਬਹਾਦਰੀ ਨਾਲ ਕਿਹਾ ਕਿ ਪਹਿਲਾਂ ਅਸੀਂ ਸ਼ਹੀਦ ਪਤੀ ਦੀ ਪਤਨੀ ਸਾਂ ਤੇ ਹੁਣ ਸਾਡੇ ਜਿਹੜੇ ਬੱਚੇ ਨੂੰ ਤੁਸੀਂ ਟੋਟੇ ਗਰਗਲੇ ਚ ਪਾਤਾ ਹੁਣ ਸ਼ਹੀਦ ਬੱਚੇ ਦੀ ਮਾਂ ਹੀ ਬਣਦੀ ਆ ਤੇ ਜੇ ਕੱਲ ਸਾਨੂੰ ਸ਼ਹੀਦ ਕਰੋਗੇ ਤੇ ਸਾਡੇ ਧੰਨ ਭਾਗ ਤੇ ਅੱਜ ਕੱਲ ਤਾਂ ਬੀਬੀਆਂ ਫੈਸ਼ਨਾਂ ਤੋਂ ਹੀ ਫੇਲ ਨਹੀਂ ਹੈਗੀ ਔਰ ਕਈ ਬੀਬੀਆਂ ਨਸ਼ਾ ਵੀ ਕਰਨ ਲੱਗ ਪਈਆਂ ਨੇ ਔਰ ਕਈ ਬੀਬੀਆਂ ਅਯਾਸ਼ੀ ਵੀ ਕਰਨ ਲੱਗ ਪਈਆਂ ਮਰਦਾਂ ਬਾਰੇ ਤਾਂ ਸੁਣਿਆ ਸੀ ਵੀ ਉਹ ਪੁੱਠੇ ਕੰਮ ਕਰਦੇ ਨੇ ਕੁਝ ਲੇਡੀਜ਼ ਜਾਂ ਲੜਕੀਆਂ ਵੀ ਇਹ ਕੰਮ ਸ਼ੁਰੂ ਹੋ ਗਈਆਂ ਇਹ ਮੈਨੂੰ ਦੱਸਿਆ ਸਾਡੇ ਐਕਸਟੈਂਸ਼ਨ ਗੁਰਦੁਆਰੇ ਜੋੜਾ ਘਰ ਵਾਲੇ ਗੁਰਸਿੱਖ ਨੇ ਕਹਿੰਦੇ ਜਦੋਂ ਜਾਈਦਾ ਨਾ ਘਰ ਐਡੀ BCM ਸਕੂਲ ਵਾਲੀ ਗਲੀ ਹੈ ਜਿੱਥੇ ਬੱਚੇ ਟਿਊਸ਼ਨਾਂ ਪੜ੍ਹਦੇ ਨੇ ਟਿਊਸ਼ਨਾਂ ਤੋਂ ਬਾਹਰ ਆ ਕੇ ਤੇ ਦੀਵਾਰਾਂ ਦੇ ਉਹ ਲਿਖ ਲੋ ਕੇ ਐਸਾ ਐਸਾ ਗੰਦ ਘੋਲ ਰਹੇ ਹੁੰਦੇ ਨੇ ਅੱਖਾਂ ਚਰਨਾਂ ਚੁੱਕ ਜਾਂਦੀਆਂ ਨੇ ਚਿਹਰੇ ਤੋਂ ਭੋਲੀਆਂ ਪਾਲੀਆਂ ਕੁੜੀਆਂ ਤੇ ਗੰਦ ਘੋਲਣ ਲੱਗੇ ਅੱਗਾਂ ਪਿੱਛਾ ਨਹੀਂ ਵੇਖਦੀਆਂ ਇਹ ਸਮਾਜ ਕਿੱਧਰ ਜਾ ਰਿਹਾ ਇਹਦਾ ਇੱਕੋ ਹੀ ਤਰੀਕਾ ਹੈ ਜੇ ਕੋਈ ਬੱਚਾ ਜਾਂ ਬੱਚੀ ਇਸ ਤਰ੍ਹਾਂ ਕਰਦਾ ਨਾ ਉਹਦੇ ਮਨ ਦੀ ਸ਼ਾਂਤੀ ਉੱਥੇ ਗੁਆਚ ਜਾਂਦੀ ਹੈ ਔਰ ਕੱਲ੍ਹ ਨੂੰ ਜੇਲ੍ਹ ਵੀ ਹੋ ਸਕਦੀ ਹੈ ਔਰ ਕੱਲ੍ਹ ਨੂੰ ਬਦਨਾਮੀ ਵੀ ਹੋ ਸਕਦੀ ਹੈ ਤੇ ਇਹਨੂੰ ਕੰਪੇਅਰ ਕਰੋ ਪੁਰਾਣੀਆਂ ਬੀਬੀਆਂ ਨਾਲ ਜਿਹਨਾਂ ਨੇ ਜਾਨਾਂ ਤਾਂ ਵਾਰ ਦਿੱਤੀਆਂ ਬੱਚੇ ਕੁਰਬਾਨ ਕਰਤੇ ਪਤੀ ਕੁਰਬਾਨ ਕਰਤੇ ਪਰ ਡੋਰੀਆਂ ਨਹੀਂ ਇਹ ਤਾਕਤ ਕਿੱਥੋਂ ਆਈ ਗੁਰਬਾਣੀ ਚੋਂ ਇਸ ਕਰਕੇ ਗਿਆਨੀ ਜੀ ਦੀ ਸਮੁੱਚੀ ਕਥਾ ਦਾ ਨਿਚੋੜ ਇਹ ਹੈ ਕਿ ਗੁਰਬਾਣੀ ਨਾਲ ਜੁੜ ਜਾਈਏ ਗੁਰਬਾਣੀ ਦੀ ਵਿਚਾਰ ਨਾਲ ਜੁੜ ਜਾਈਏ ਤੇ ਔਰ ਨਾਮ ਸਿਮਰਨ ਕਰਦੇ ਰਹੀਏ ਤਾਂ ਸਾਡੇ ਜੀਵਨ ਚ ਚੜ੍ਹਦੀ ਕਲਾ ਆਏਗੀ ਤੇ ਸਾਰੇ ਵਿਸ਼ਵ ਦੇ ਜੀਵਨ ਚੜ੍ਹਦੀ ਕਲਾ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੋਲੇ ਸੋਹਣੇ ਹਾਲਸਾ ਸ੍ਰੀ ਅਕਾਲ